ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ ਦਿਨ ਬੋ ਦਿਨ, ਅਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 8 ਪਰਚੇ ਵਾਲੀ ਬਾਣੀ ਸੰਧੂ ਦੀ। ਬਾਣੀ ਸੰਧੂ ਜਿਨ੍ਹਾਂ ਨੇ 8 ਪਰਚੇ ਗਾਣਾ ਗਾਇਆ ਉਹਨਾਂ ਨਾਲ ਜ਼ਿੰਦਗੀ ਉਹਨਾਂ ਦੀ ਬਦਲ ਗਈ। ਹੁਣ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਜਿਹਨਾਂ ਦਾ ਪੋਸਟਰ ਉਹਨਾਂ ਨੇ ਹਾਲ ਹੀ 'ਚ ਸ਼ੇਅਰ ਕੀਤਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ। ਪਹਿਲੇ ਆਪਾਂ ਡਿਟੇਲਸ ਉਹਨਾਂ ਦੀ ਦੇਖਦੇ ਹਾਂ ਗਾਣੇ ਦੀਆਂ। ਗਾਣੇ ਦੀ ਡਿਟੇਲਸ ਦੀ ਗੱਲ ਕਰੀਏ ਤਾਂ ਸਿੰਗਰ ਬਾਣੀ ਸੰਧੂ ਨੇ, ਲਿਰਿਕਸ ਜੱਸੀ ਲੋਕਾ ਨੇ ਅਤੇ ਹਰਵੀ ਨੇ, ਮਿਊਜ਼ਿਕ ਦ ਕਿਡ ਦਾ ਹੈ ਅਤੇ ਵੀਡੀਓ ਕੀਤੀ ਹੈ ਜੱਸੀ ਲੋਕਾ ਫਿਲਮਸ ਨੇ, ਪ੍ਰੋਜੈਕਟ ਕੀਤਾ ਹੈ ਪ੍ਰੀਤ ਚਾਹਲ ਅਤੇ ਅਰਵਿੰਦਰ ਖੋਸਾ ਨੇ, ਅਤੇ ਡਿਜ਼ਾਇਨ ਕੀਤਾ ਹੈ ਚੰਨੀ ਫਰੇਮਸ ਨੇ। ਗਾਣਾ ਬਹੁਤ ਅੱਛਾ ਲੱਗ ਰਿਹਾ ਹੈ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਪੋਸਟਰ। ਗੈਟ ਆਊਟ ਦਿਸ ਪੋਸਟਰ ਫਸਟ। ਹਾਂਜੀ, ਤੁਹਾਨੂੰ ਦੇਖਿਆ ਹੋਏਗਾ ਤੁਸੀਂ ਪੋਸਟਰ ਨੂੰ, ਤੁਹਾਨੂੰ ਦੱਸੋ ਕਿਵੇਂ ਦਾ ਲੱਗਾ। ਗਾਣੇ ਦਾ ਨਾਮ ਸੀਗਾ ਦੋ ਕੋੜੇ ਬਾਣੀ ਸੰਧੂ ਦਾ, ਜਿਸ 'ਚ ਉਹਨਾਂ ਨੇ ਪੋਸਟਰ ਬਹੁਤ ਹੀ ਅੱਛਾ ਲੱਗਿਆ ਮਨਕੀਰ ਦੁਆਰਾ ਪ੍ਰਜੈਂਟ ਕਰ ਰਿਹਾ ਇਹਨੂੰ, ਅਤੇ ਆਪਾਂ ਸਾਰੀ ਜਦੋਂ ਦੇਖ ਰਹੇ ਹਾਂ ਡਿਟੇਲ ਅਤੇ ਬਾਣੀ ਸੰਧੂ ਨੇ ਕੈਪਸ਼ਨ ਲਿਖੇ ਔਫੀਸ਼ੀਅਲ ਪੋਸਟਰ ਦੋ ਕੋੜੇ ਕੀਪ ਸਪੋਰਟਿੰਗ ਐਂਡ ਸ਼ੇਅਰ ਗਾਈਜ਼। ਇਹਦਾ ਮਤਲਬ ਹੈ ਦੋ ਕੋੜੇ, ਮਤਲਬ ਦੋ ਹੋਰਸ, ਟੂ ਹੋਰਸ ਇਸ ਲਿਖੇ ਇਹਨਾਂ ਨੇ ਮਨਕੀਰ ਦੁਆਰਾ ਪ੍ਰਜੈਂਟ ਕਰ ਰਹੇ ਹੈ, ਅਤੇ ਦੇਖਦੇ ਹਾਂ ਆਪਾਂ ਕਿਵੇਂ ਦਾ ਗਾਣਾ ਹੁੰਦਾ ਹੈ। ਇਹ ਤਾਂ ਹਾਲੇ ਰਿਲੀਜ਼ਿੰਗ ਡੇਟ ਵਗੈਰਾ ਤਾਂ ਦੱਸੀ ਨਹੀਂ ਇਹਦੇ ਬਾਰੇ। ਹੋਰ ਡਿਟੇਲਸ ਦੱਸਣ ਲਈ ਤੁਹਾਨੂੰ ਨਾਲ ਹੀ ਸਬਸਕ੍ਰਾਈਬ ਕਰੋ ਸਾਡੇ ਚੈਨਲ ਅਤੇ ਸ਼ੇਅਰ ਕਰ ਦਿਉ ਇਹ ਵੀਡੀਓ ਨੂੰ, ਅਤੇ ਆਪਾਂ ਹੋਰ ਜਿਹੜੀ ਕੋਈ ਵੀ ਡਿਟੇਲ ਆਈ ਤਾਂ ਤੁਹਾਨੂੰ ਨਾਲ ਦੇ ਨਾਲ ਦਿੰਦੇ ਰਹਾਂਗੇ। ਬਾਣੀ ਸੰਧੂ ਸਾਡੀ ਟੀਮ ਵੱਲੋਂ ਤੁਹਾਨੂੰ ਪੂਰੀ ਪੂਰੀ ਸਪੋਰਟ ਹੈ, ਵਧੀਆ ਵਧੀਆ ਗਾਣੇ ਨਿਕਾਲੀ ਚੱਲੋ। ਅਤੇ ਗਾਈਸ, ਐਵਰੀਬਡੀ ਸ਼ੇਅਰ ਦਿਸ ਨਿਊਜ਼, ਸ਼ੇਅਰ ਦਿਸ ਚੈਨਲ। ਥੈਂਕ ਯੂ।